ਗਾਈਸ ਇਸ ਵਕਤ ਆਪਾਂ ਚੌੜਾ ਬਾਜ਼ਾਰ ਅੰਦਰ ਐਂਟਰ ਹੋ ਜਾਂਦੇ ਹਾਂ। ਕਾਫੀ ਅੱਗੇ ਆ ਕੇ ਹੈ ਮਾਰਕੀਟ, ਇਹ ਸਾਰੀ ਕੋਸਮੈਟਿਕ ਦੀ ਹੈ। ਇੱਧਰ ਹੋਲਸੇਲ ਆ ਸਾਰਾ, ਸਾਰਾ ਹੋਲਸੇਲ ਕੋਸਮੈਟਿਕ। ਸੋ ਗਾਈਸ ਇੱਧਰੋਂ ਤੁਹਾਨੂੰ ਸਾਰੇ ਬ੍ਰਾਈਡਲ ਚੂੜਾ ਔਰ ਬੈਂਗਲਸ ਔਰ ਬਹੁਤ ਸਾਰੀ ਤੁਹਾਨੂੰ ਹੋਰ ਵੀ ਜਵੈਲਰੀ ਇੱਥੋਂ ਮਿਲ ਜਾਣੀ ਹੈ। ਸਾਰੀ ਬ੍ਰਾਈਡਲ ਮਾਰਕੀਟ ਦੇਖੋ, ਕੋਸਮੈਟਿਕ ਦੀ ਮਤਲਬ ਲਹਿੰਗਾ ਵਗੈਰਾ ਸਭ ਕੁਛ ਇੱਧਰੋਂ ਬੁਕਿੰਗ ਹੋਣੀ ਹੈ। ਕੰਪਲੀਕੇਟਡ ਮਾਰਕੀਟ ਆ ਪੂਰੀ, ਮਿਸਟਰੀ। ਹਾਂ ਬਣ ਰਹੀ ਵੀਡੀਓ। ਸੋ ਗਾਈਸ ਕੋਸਮੈਟਿਕ ਦੀਆਂ ਸ਼ੋਪਸ ਇੱਥੇ ਸਾਰੀਆਂ ਬਹੁਤ ਜ਼ਿਆਦਾ ਸ਼ੋਪਸ ਆ ਔਰ ਸਾਰੇ ਸ਼ੋਪਸ ਦੇ ਵਿੱਚ ਬਹੁਤ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਵਰਾਇਟੀ ਆ, ਤੁਸੀਂ ਦੇਖ ਸਕਦੇ ਹੋ। ਹੋਲਸੇਲ ਪ੍ਰਾਈਜ਼ਸ 'ਤੇ ਤੁਹਾਨੂੰ ਬਹੁਤ ਸਾਰੀ ਜਵੈਲਰੀ ਮਿਲ ਜਾਊਗੀ ਇੱਥੇ, ਹੋਰ ਵੀ ਬਹੁਤ ਸਾਰੀ ਅਸੈਸਰੀਜ਼ ਮਿਲ ਜਾਊਗੀਆਂ ਜੋ ਕਿ ਤੁਸੀਂ ਵੀ ਰੀਸੇਲ ਕਰ ਸਕਦੇ ਹੋ ਅੱਗੇ। ਇੱਧਰ ਆਈ ਸਾਰਾ ਕੋਸਮੈਟਿਕ ਦਾ ਹੋਲਸੇਲ ਬਾਜ਼ਾਰ। ਸੋ ਗਾਈਸ ਚੌੜਾ ਬਾਜ਼ਾਰ 'ਚ ਕੋਸਮੈਟਿਕ ਦੀ ਮਾਰਕੀਟ ਹੈ ਤਾਂ ਬਹੁਤ ਜ਼ਿਆਦਾ ਵੱਡੀ ਵੱਡੀ, ਗਲੀਆਂ ਥੋੜ੍ਹੀਆਂ ਛੋਟੀਆਂ ਨੇ ਔਰ ਛੋਟੀ ਗਲੀਆਂ 'ਚ ਛੋਟੀ ਛੋਟੀ ਸ਼ੋਪਸ ਆ ਜਿਨ੍ਹਾਂ ਦੇ ਕੋਲ ਬਹੁਤ ਹਿਊਜ ਵਰਾਇਟੀ ਆ, ਤੁਸੀਂ ਵੀ ਇੱਥੇ ਆ ਕੇ ਸ਼ੋਪਿੰਗ ਕਰ ਸਕਦੇ ਹੋ। ਸੋ ਗਾਈਸ ਮਾਰਕੀਟ ਕੋਸਮੈਟਿਕ ਦੀ ਬਹੁਤ ਜ਼ਿਆਦਾ ਵੱਡੀ ਮਾਰਕੀਟ ਆ, ਆਪਾਂ ਤਾਂ ਜਸਟ ਐਂਟਰ ਹੀ ਹੋਏ ਹਾਂ, ਪਤਾ ਨਹੀਂ ਕਿ ਕਿੱਥੇ ਤੱਕ ਹੈਗੀ ਆ ਮਾਰਕੀਟ। ਮੈਂ ਤਾਂ ਫਸਟ ਟਾਈਮ ਆਏ ਹਾਂ ਇੱਧਰ। ਸੋ ਦੇਖਦੇ ਹਾਂ ਕਿੰਨੀ ਕੁ ਇਸ ਵੀਡੀਓ ਦੇ ਵਿੱਚ ਕਵਰ ਹੁੰਦੀ ਹੈ, ਜਿੰਨੀ ਕੁ ਹੋ ਸਕੇ ਆਪਾਂ ਤੁਹਾਨੂੰ ਦਿਖਾਵਾਂਗੇ। ਜਿੱਦਾਂ ਕਿਹਾ ਤੁਸੀਂ ਦੇਖ ਸਕਦੇ ਹੋ ਸਾਈਡ 'ਤੇ ਬੋਕਸਿਸ ਪਏ ਹੋਏ ਆ, ਜਿੱਦਾਂ ਸ਼ੋਪਿੰਗ ਲੋਕ ਕਰਦੇ ਆ ਉਹਨਾਂ ਨੂੰ ਬੋਕਸਿਸ ਦੀ ਲੋੜ ਪੈਂਦੀ ਹੋਲਸੇਲ 'ਚ ਜਦੋਂ ਖਰੀਦਣ ਆਉਂਦੇ ਆ। ਅਤੇ ਬਾਕੀ ਤੁਸੀਂ ਦੁਕਾਨਾਂ ਦੇਖ ਸਕਦੇ ਆ, ਐਤਵਾਰ ਦੇ ਦਿਨ ਆ, ਕੁਛ ਦੁਕਾਨਾਂ ਬੰਦ ਵੀ ਆ ਔਰ ਕੁਛ ਖੁੱਲ੍ਹੀਆਂ ਹੋਈਆਂ, ਬਾਕੀ ਰਸ਼ਤਾ ਉੱਦਾਂ ਬਣਿਆ ਹੀ ਹੋਇਆ ਕਿਉਂਕਿ ਜਿਹੜੀ ਇਹ ਮਾਰਕੀਟ ਹੈਗੀ ਆ ਸਾਰੇ ਸ਼ਹਿਰਾਂ ਤੋਂ ਅਲੱਗ ਅਲੱਗ ਸ਼ਹਿਰਾਂ ਤੋਂ ਲੋਕ ਆਉਂਦੇ ਇੱਥੇ ਸਮਾਨ ਖਰੀਦਣ, ਅਤੇ ਉਹਨਾਂ ਨੇ ਆਪਣੀ ਸ਼ੋਪ 'ਤੇ ਸਮਾਨ ਲੈ ਕੇ ਜਾਣਾ ਹੁੰਦਾ ਅਤੇ ਐਤਵਾਰ ਦੇ ਦਿਨ ਹੀ ਉਹਨਾਂ ਕੋਲ ਹੁੰਦਾ ਆ। ਅਤੇ ਬਾਕੀ ਤੁਸੀਂ ਦੇਖਦੇ ਆ ਸਮਾਨ ਜਿਹੜਾ ਕੋਸਮੈਟਿਕ ਦਾ ਆ, ਤਰ੍ਹਾਂ ਤਰ੍ਹਾਂ ਦਾ ਹਰ ਤਰ੍ਹਾਂ ਦੀ ਵਰਾਇਟੀ ਸਾਨੂੰ ਉੱਥੇ ਦੇਖਣ ਨੂੰ ਮਿਲਦੀ ਪਈ ਆ। ਡੈਕੋਰੇਸ਼ਨ ਡੈਕੋਰ ਦਾ ਸਮਾਨ ਪਿਆ ਹੋਇਆ। ਅਸੀਂ ਚੌੜਾ ਬਾਜ਼ਾਰ ਦਾ ਹਜੇ ਸਿਰਫ ਇੱਕ ਹੀ ਪਰਟੀਕੁਲਰ ਏਰੀਆ ਕਵਰ ਕਰਦੇ ਪਏ ਹਾਂ, ਅਲੱਗ ਅਲੱਗ ਸਮਾਨ ਦੀ ਅਲੱਗ ਅਲੱਗ ਏਰੀਆ, ਜਿੱਦਾਂ ਹੁਣ ਇਹ ਏਰੀਆ 'ਚ ਘੁੰਮਦੇ ਪਏ ਹਾਂ। ਇੱਥੇ ਟੋਏ ਦੀ ਵੀ ਮਾਰਕੀਟ ਹੋਣੀ ਚਾਹੀਦੀ ਨਾ, ਇੱਥੇ ਸਾਰੇ ਟੋਏ ਸਮਾਨ। ਸੋ ਗਾਈਸ ਇਹ ਸਾਰੇ ਕੋਸਮੈਟਿਕਸ ਦੀ ਸ਼ੋਪ ਆ ਇੱਧਰ, ਇਹਦੇ ਵਿੱਚ ਕੋਸਮੈਟਿਕ ਦਾ ਜਾਂ ਡੈਕੋਰੇਸ਼ਨ ਦਾ ਸਮਾਨ ਸਾਰਾ ਪਿਆ ਹੋਇਆ ਵਾ, ਤੁਸੀਂ ਦੇਖ ਸਕਦੇ ਆ। ਇਹ ਸਾਰੀਆਂ ਦੁਕਾਨਾਂ ਜਿੱਦਾਂ ਦੇਖਣ ਨੂੰ ਮਿਲ ਦੂਰ ਦੂਰ ਤੱਕ ਸਾਰੀ ਕੋਸਮੈਟਿਕ ਦੀਆਂ ਹੀ ਦੁਕਾਨਾਂ ਸਾਰੀਆਂ, ਅੱਜ ਤੱਕ ਦੇਖ ਸਕਦੇ ਹਾਂ। ਇਹ ਕੋਈ ਵੀ ਦੁਕਾਨ ਅਸੀਂ ਦੇਖਦੇ ਹਾਂ ਨਾ, ਚਾਹੇ ਲੈਫਟ ਸਾਈਡ ਚਾਹੇ ਰਾਈਟ ਸਾਈਡ, ਇਹ ਕੋਸਮੈਟਿਕ ਦੇ ਹੋਲਸੇਲ ਦੇ ਵਿੱਚ ਹੀ ਸਾਰਾ ਡੀਲ ਕਰਦੇ ਪਏ ਲੋਕ। ਸਿੰਗਲ ਵੀ ਲੈ ਸਕਦੇ ਹਾਂ, ਸਿੰਗਲ ਸਮਾਨ ਵੀ ਤੁਸੀਂ ਪਰਚੇਸ ਕਰ ਸਕਦੇ ਹਾਂ, ਪ੍ਰਾਈਜ਼ ਜ਼ਿਆਦਾ ਡਿਫਰੈਂਸ ਨਹੀਂ ਹੋਣਾ, ਥੋੜ੍ਹਾ ਡਿਫਰੈਂਸ ਹੋਣਾ ਵਾ। ਅਤੇ ਜ਼ਿਆਦਾਤਰ ਲੋਕ ਹੋਲਸੇਲ 'ਚ ਹੀ ਇੱਥੇ ਖਰੀਦਣ ਆਉਂਦੇ। ਹੋਲਸੇਲ ਹਾਰ ਤੁਹਾਨੂੰ ਇੱਥੇ ਮਿਲ ਸਕਦੇ ਆ ਜੇ ਤੁਸੀਂ ਆਪਣਾ ਕੋਈ ਕੰਮ ਸਟਾਰਟ ਕਰਨਾ ਚਾਹੁੰਦੇ ਆ। ਅਤੇ ਜਿੱਦਾਂ ਹੁਣ ਬਸ ਅਸੀਂ ਅੱਗੇ ਵੱਧ ਰਹੇ ਹਾਂ ਔਰ ਕੁਛ ਸਮਾਨ ਵੀ ਚੈੱਕ ਕਰ ਰਹੇ ਨਾਲ ਨਾਲ, ਤਾਂ ਕਿ ਕੁਛ ਆਈਡੀਆ ਹੋ ਜਾਵੇ ਕੀ ਕੀ ਰੇਟ ਦੇ ਹੈਗੇ ਆ। ਹੋਲਸੇਲ
ਹੁਣ ਇੱਧਰ ਦੇਖੋ ਵੈਡਿੰਗ ਦੇ ਰਿਲੇਟਡ ਜਿਹੜਾ ਸਮਾਨ ਲੋਕ ਖਰੀਦਣ ਆਉਂਦੇ ਆ ਉਹ ਸਾਰਾ ਇੱਧਰ ਹੈਗਾ ਵਾ। ਗਾਈਜ਼ ਇੱਥੇ ਇੱਦਾਂ ਸੇਲ ਲੱਗਦੀ ਆ। ਆਹ ਗਾਈਜ਼ ਲੱਡੂ ਗੋਪਾਲ ਜੀ ਦੇ ਪੂਰੇ ਉਹ ਉਹਨਾਂ ਦੇ ਬੈਠਣ ਲਈ ਔਰ ਉਹਨਾਂ ਦੇ ਕੱਪੜੇ ਸਾਰਾ ਕੁਛ ਤੁਹਾਨੂੰ ਇੱਥੇ ਮਿਲ ਜਾਏਗਾ। ਗਾਈਜ਼ ਉਹ ਦੇਖੋ ਟੈਡੀ ਕਿੱਥੇ ਟੰਗੇ ਪਏ ਉੱਪਰ, ਇਹ ਕੀ ਚੀਜ਼ਾਂ ਹੈ? ਸਾਰੇ ਲੱਡੂ ਗੋਪਾਲ ਜੀ ਦੇ ਕੱਪੜੇ ਆਏ ਹੋਏ ਇੱਧਰ। ਆਹ ਦੇਖੋ ਜੇ ਜੈਕਟਾਂ ਲੱਡੂ ਗੋਪਾਲ ਜੀ ਦੀਆਂ। ਗਾਈਜ਼ ਇੱਧਰ ਸਾਰੇ ਵੈਨਿਟੀ ਬੌਕਸਿਸ, ਮੇਕਅਪ ਆਰਟਿਸਟ ਦਾ ਸਾਰਾ ਸਮਾਨ। ਸੋ ਗਰਲਸ, ਅਗਰ ਤੁਸੀਂ ਕੁਛ ਆਪਣੀ ਵੈਨਿਟੀ ਵਗੈਰਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਸਕਦੇ ਹੋ, ਤੁਹਾਨੂੰ ਹੋਲਸੇਲ ਰੇਟਸ ਲੱਗ ਜੂਗੇ ਇੱਧਰ। ਗਾਈਜ਼ ਆਹ ਦੇਖੋ ਉੱਪਰ ਟੰਗ ਦਿੱਤੇ ਇਹਨਾਂ ਨੂੰ ਵਿਚਾਰਿਆਂ ਨੂੰ, ਇੰਨੇ ਉੱਪਰ ਕਦੇ ਟੰਗ ਦਿੱਤੇ ਇਹਨਾਂ ਨੂੰ। ਗਾਈਜ਼ ਇੱਧਰ ਲੇਸਿਸ ਦਾ ਸਟੋਰ, ਲੇਸਿਸ ਦੀ ਦੁਕਾਨਾਂ ਹੈ ਗਾਈਜ਼ ਇੱਧਰ ਹੋਲਸੇਲ ਦੀਆਂ। ਗਾਈਜ਼ ਇੱਧਰ ਇਹਨਾਂ ਦੇ ਟੋਏ ਸ਼ੋਪਸ ਵੀ ਹੈਗੀਆਂ, ਪਲੱਸ ਕੋਸਮੈਟਿਕ। ਹਾਂਜੀ ਬਹੁਤ ਕੁਛ ਤੁਹਾਨੂੰ ਮਿਲ ਜਾਏਗਾ ਤੁਸੀਂ ਇੱਧਰ ਆਓਗੇ ਤਾਂ। ਸੋ ਇਹ ਕਾਫੀ ਵੱਡੀ ਸ਼ੋਪ ਹੈ। ਗਾਈਜ਼ ਸ਼ੋਪ ਬਹੁਤ ਜ਼ਿਆਦਾ ਇੱਧਰ, ਮੈਂ ਤਾਂ ਫਸਟ ਟਾਈਮ ਆਇਆ ਇੱਧਰ। ਇਹ ਲੇਸਿਸ ਦੀ ਦੁਕਾਨ ਹੈ, ਪੂਰਾ ਸਟੋਰ ਲੇਸਿਸ ਦਾ ਹੀ ਹੈ। ਲੇਸਿਸ ਮਤਲਬ ਸੂਟ 'ਤੇ ਲਗਾਉਣ ਵਾਲੀਆਂ। ਮਾਰਕੀਟ ਆ ਜੀਨਸ ਬੋਇਜ਼ ਦੀ, ਇੰਨੀ ਵੀ ਸਾਰੀ ਕਲੈਕਸ਼ਨ ਹੁੰਦੀ ਹੈ ਨਾ, ਸਾਰੇ ਇੱਥੇ ਆ ਮਾਰਕੀਟ ਹੋਲਸੇਲ। ਰਸ਼ ਹੋਣ ਕਰਕੇ ਕੈਬ ਵਿੱਚ ਨਹੀਂ ਆਉਂਦੀਆਂ ਪਈਆਂ ਹੈਗੀਆਂ, ਤੇ ਹੁਣ ਆਪਾਂ ਈ ਰਿਕਸ਼ੇ 'ਚ ਆਪਾਂ ਬੈਠੇ ਆ, ਲੁਧਿਆਣੇ 'ਚ ਬੈਠੇ ਆਪਾਂ ਪਹਿਲੀ ਵਾਰ। ਰੈਸਟ ਕਰਨੀ ਪੈਣੀ ਆ।
ਅਸੀਂ ਬਹੁਤ ਜ਼ਿਆਦਾ ਥੱਕ ਹੋ ਗਿਆ, ਬਹੁਤ ਜ਼ਿਆਦਾ ਇੰਨਾ ਦੱਸ ਮਤਲਬ ਜਿਸ ਆਪਾਂ ਗਏ ਸੀ ਨਾ ਉੱਥੇ ਐਂਟਰ ਹੋਏ ਉਦੋਂ ਇੰਨਾ ਰਸ਼ ਨਹੀਂ ਸੀਗਾ, ਸਾਨੂੰ ਲੱਗਾ ਕਿ ਅੱਜ ਇੰਨਾ ਰਸ਼ ਨਹੀਂ ਹੋਣਾ, ਜਿਸ ਕਰਕੇ ਆਪਾਂ ਵਾਪਸ ਆਏ ਗਲੀਆਂ 'ਚ ਵਾਪਸ ਆਉਣਾ ਪਿਆ, ਗਲੀਆਂ ਦੇ ਵਿੱਚ ਵੀ ਇੰਨਾ ਜ਼ਿਆਦਾ ਰਸ਼ ਸੀਗਾ, ਫਸੇ ਹੋਏ ਸੀ ਲੋਕ। ਅਸੀਂ ਚੌੜਾ ਬਾਜ਼ਾਰ ਦੀ ਵੀਡੀਓ ਬਣਾ ਕੇ ਹੁਣ ਅਸੀਂ ਪਹੁੰਚ ਗਏ ਜੀ ਪਵੇਲੀਅਨ ਮੋਲ, ਲੁਧਿਆਣੇ ਦੇ ਜਿਹੜਾ ਮੋਲ ਆ ਉੱਥੇ ਪਹੁੰਚੇ ਹਾਂ ਹੁਣ, ਅਤੇ ਇੱਥੇ ਥੋੜ੍ਹਾ ਠੀਕ ਫੀਲ ਹੋ ਰਿਹਾ, ਉੱਥੇ ਤਾਂ ਬਹੁਤ ਗਰਮੀ ਹੋ ਗਈ ਸੀ ਅਤੇ ਭੀੜ ਵੀ ਬਹੁਤ ਜ਼ਿਆਦਾ ਸੀਗੀ, ਅਤੇ ਤੁਰ ਤੁਰ ਕੇ ਸਾਡੀ ਬੱਸ ਵੀ ਹੋ ਗਈ ਆ, ਆਪਾਂ ਤਾਂ ਥੱਕ ਗਏ ਸੀ ਬਹੁਤ ਜ਼ਿਆਦਾ, ਬਸ ਆਪਾਂ ਇੱਕ ਇੱਥੇ ਰਾਊਂਡ ਲਗਾਇਆ ਅਤੇ ਹੁਣ ਆਪਾਂ ਜਾ ਰਹੇ ਹਾਂ ਵਾਪਸ। ਗਾਇਸ ਸਾਨੂੰ ਐਗਜ਼ਿਟ ਨਹੀਂ ਲੱਭਦਾ ਪਿਆ, ਕਿੱਧਰ ਆ ਉੱਪਰ ਆ ਆਪਾਂ ਨੀਚੇ ਆ ਗਏ, ਹੁਣ ਆਪਾਂ ਫੇਰ ਉੱਪਰ ਚੜ੍ਹ ਪਵੇਲੀਅਨ ਮੋਲ ਵੀ ਜ਼ਿਆਦਾ ਨਹੀਂ ਘੁੰਮ ਹੋਇਆ, ਐਨਰਜੀ ਖਤਮ ਹੋ ਗਈ ਆ, ਵਾਪਸੀ ਦੀ ਤਿਆਰੀ ਹੈ ਸਾਡੀ, ਕੈਬ ਦੀ ਵੇਟ ਹੋ ਰਹੀ ਆ। ਆਹ ਪਿੱਛੇ ਮੇਰੇ ਦੇਖ ਲਿਆ ਪਵੇਲੀਅਨ ਮੋਲ, ਹੁਣੇ ਇੱਥੇ ਗਏ ਸੀ ਆਪਾਂ, ਰੀਲ ਵੀ ਇੱਕ ਅੱਧੀ ਬਣਾਈ ਆ ਅਤੇ ਹੁਣ ਵਾਪਸੀ ਦੀ ਆ ਤਿਆਰੀ। ਕਵਿਤਾ ਕਿੱਦਾਂ ਫਿਰ, ਠੀਕ ਠਾਕ, ਮਜ਼ਾ ਆਇਆ ਅੱਜ ਦੇ ਵਲੋਗ 'ਚ? ਫਿਰ ਗਰਮੀ ਹੋ ਗਈ ਯਾਰ ਬੰਦਾ ਨਾ। ਆਹ ਸਹੀ ਗੱਲ, ਸਾਡੇ ਨਾ ਗਲੂਕੋਜ਼ ਲੈਵਲ ਘੱਟ ਗਿਆ। ਸੋ ਗਾਇਜ਼ ਕੈਬ ਆ ਗਈ ਆ, ਹੁਣ ਆਪਾਂ ਜਾ ਰਹੇ ਹਾਂ ਘਰ।